ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ, ਲੈ ਕੇ ਹਾਜ਼ਰ ਹਾਂ ਸ਼ਾਰਟ ਐਂਡ ਸ਼ਾਰਪ 52 ਖਬਰਾਂ। ਇਸ ਬੁਲੇਟਿਨ 'ਚ ਤੁਹਾਨੂੰ ਦਿਖਾਵਾਂਗੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਦੇਸ਼, ਦੁਨੀਆ, ਖੇਡ ਅਤੇ ਮਨੋਰੰਜਨ ਜਗਤ ਦੀਆਂ 52 ਵੱਡੀਆਂ ਖਬਰਾਂ। ਕੈਪਟਨ ਅਮਰਿੰਦਰ ਸਿੰਘ ਨੇ ਸਾਂਭਿਆ ਆਪਣਾ ਕਾਰਜਭਾਰ, ਐਕਸ਼ਨ 'ਚ ਆਈ ਕੈਪਟਨ ਵਜ਼ਾਰਤ। ਸ਼ਨਿਚਰਵਾਰ ਨੂੰ ਕੈਪਟਨ ਦੀ ਕੈਬਨਿਟ ਦੀ ਪਲੇਠੀ ਬੈਠਕ। ਕੈਪਟਨ ਅਮਰਿੰਦਰ ਸਿੰਘ ਦੇ ਨਾਲ 7 ਕੈਬਨਿਟ ਮੰਤਰੀ, 2 ਰਾਜ ਮੰਤਰੀਆਂ ਨੇ ਚੁੱਕੀ ਸਹੁੰ। ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬਣੀ ਨਵੀਂ ਵਜ਼ਾਰਤ ਨੂੰ ਮੰਤਰਾਲੇ ਸੌਂਪ ਦਿੱਤੇ ਗਏ ਨੇ। 2 MOS ਸਮੇਤ ਕੁੱਲ 9 ਮੰਤਰੀਆਂ ਨੂੰ ਮੰਤਰਾਲੇ ਵੰਡੇ ਗਏ ਨੇ। ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਮੰਤਰਾਲਾ, ਜਨਰਲ ਐਡਮਿਨਿਸਟ੍ਰੇਸ਼ਨ, ਵਿਜੀਲੈਂਸ ਅਤੇ ਕੁਝ ਹੋਰ ਮੰਤਰਾਲੇ ਨੇ ਜੋ ਹਾਲੇ ਸੰਬੰਧਿਤ ਮੰਤਰੀਆਂ ਨੂੰ ਨਹੀਂ ਸੌਂਪੇ ਗਏ, ਫਿਲਹਾਲ ਮੁੱਖ ਮੰਤਰੀ ਕੋਲ ਹੀ ਰਹਿਣਗੇ। ਕੈਪਟਨ ਤੋਂ ਬਾਅਦ ਦੂਜੇ ਨੰਬਰ 'ਤੇ ਸਹੁੰ ਚੁੱਕਣ ਵਾਲੇ ਬ੍ਰਹਮ ਮਹਿੰਦਰਾ ਨੂੰ ਹੈਲਥ ਐਂਡ ਫੈਮਿਲੀ ਵੈਲਫੇਅਰ ਅਤੇ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਅਤੇ ਪਾਰਲੀਮੈਂਟਰੀ ਅਫੇਅਰ ਜਿਹੜਾ ਮੰਤਰਾਲਾ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰਾਲਾ ਸੌਂਪਿਆ ਗਿਆ। ਕੈਪਟਨ ਕੈਬਨਿਟ ਵਿੱਚ ਮਨਪ੍ਰੀਤ ਸਿੰਘ ਬਾਦਲ, ਖਜ਼ਾਨਾ ਮੰਤਰੀ ਦਾ ਕਾਰਜਕਾਰ ਉਹਨਾਂ ਨੂੰ ਸੌਂਪਿਆ ਗਿਆ। ਇਸ ਦੇ ਨਾਲ ਹੀ ਫਾਈਨਾਂਸ, ਪਲੈਨਿੰਗ ਐਂਡ ਇੰਪਲੋਇਮੈਂਟ ਜਨਰੇਸ਼ਨ ਮੰਤਰਾਲਾ ਵੀ ਮਨਪ੍ਰੀਤ ਕੋਲ ਰਹੇਗਾ। ਇਸ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਨੂੰ ਸਿੰਚਾਈ ਅਤੇ ਬਿਜਲੀ ਮੰਤਰਾਲਾ ਸੌਂਪਿਆ ਗਿਆ। ਨਾਭਾ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਕੋਲ ਜੰਗਲਾਤ, ਪ੍ਰਿੰਟਿੰਗ ਅਤੇ ਸਟੇਸ਼ਨਰੀ ਅਤੇ ਵੈਲਫੇਅਰ ਆਫ SC ਐਂਡ BC ਮੰਤਰਾਲਾ ਰਹੇਗਾ। ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟ੍ਰੇਨਿੰਗ ਮੰਤਰਾਲਾ ਸੌਂਪਿਆ ਗਿਆ ਹੈ। ਅਰੁਣਾ ਚੌਧਰੀ ਨੂੰ ਸੁਤੰਤਰ ਪ੍ਰਭਾਰ ਉੱਚ ਸਿੱਖਿਆ ਅਤੇ ਸਕੂਲੀ ਸਿੱਖਿਆ ਮੰਤਰਾਲਾ, ਜਦਕਿ ਰਜ਼ੀਆ ਸੁਲਤਾਨਾ ਨੂੰ ਸੁਤੰਤਰ ਪ੍ਰਭਾਰ PWD ਮੰਤਰਾਲਾ ਸੌਂਪਿਆ ਗਿਆ। ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਮਾਫੀਆ 'ਤੇ ਜਲਦ ਲਗਾਮ ਲੱਗੇਗੀ। ਨਾਲ ਹੀ ਉਹਨਾਂ ਕਿਹਾ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ VIP ਕਲਚਰ ਨੂੰ ਹਟਾਉਣ 'ਤੇ ਵੱਡਾ ਫੈਸਲਾ ਲਿਆ ਜਾਏਗਾ। ਮਸਲੇ ਤੋਂ ਰੋਜ਼ੀ ਰੋਟੀ ਕੇ ਹੈਂ, ਮਸਲੇ ਤਰੱਕੀ ਕੇ ਹੈਂ, ਮਸਲੇ ਰੁਜ਼ਗਾਰ ਕੇ ਹੈਂ, ਮਸਲੇ ਜੋ ਪੰਜਾਬ ਮੇਂ ਕਾਰੋਬਾਰ ਕਾ ਪਹੀਆ ਜੋ ਜਾਮ ਹੋ ਚੁੱਕਾ ਹੈ, ਬੰਦ ਹੋ ਚੁੱਕਾ ਹੈ, ਉਹ ਪਹੀਆ ਇੱਕ ਵਾਰ ਫਿਰ ਪੰਜਾਬ ਕਾ ਚਲੇ। ਜੋ ਪੰਜਾਬ ਕੇ ਕਾਰਖਾਨੇ ਹੈ ਜਿਨਕੇ ਦਿਲ ਧੜਕਨੇ ਬੰਦ ਹੋ ਗਏ ਹੈ, ਉਹ ਕਾਰਖਾਨੋ ਕੇ ਦਿਲ ਫਿਰ ਸੇ ਧੜਕੇ। ਜੋ ਉਨ ਕਾਰਖਾਨੋ ਕੀ ਚਿਮਨੀਆਂ ਹੈ ਜਿਨਮੇਂ ਧੂੰਆਂ ਨਿਕਲਣਾ ਬੰਦ ਹੋ ਗਿਆ ਹੈ, ਇੱਕ ਵਾਰ ਉਨ ਚਿਮਨੀਆਂ ਸੇ ਫਿਰ ਧੂੰਆਂ ਨਿਕਲੇ। ਔਰ ਜੋ ਬਹਾਰੇ ਪੰਜਾਬ ਸੇ ਚਲੀ ਗਈ ਹੈ, ਬਹਾਰੇ ਇੱਕ ਵਾਰ ਫਿਰ ਪੰਜਾਬ ਤੇ ਵਾਪਸ ਆਏ। ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਸਾਹਿਬਾਨ ਦਾ, ਅਤੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦਾ ਰਾਜ ਆਇਆ, ਕੈਪਟਨ ਅਮਰਿੰਦਰ ਸਿੰਘ ਜੀ ਦਾ ਰਾਜ ਆਇਆ। ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਰਹਿਤ, ਨਸ਼ਿਆਂ ਤੋਂ ਖਤਮ ਕਰਕੇ ਇੱਕ ਚੰਗਾ ਪ੍ਰਸ਼ਾਸਨ ਦੇਵਾਂਗੇ। ਕੈਪਟਨ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਦੇ ਸਾਹਮਣੇ ਚੁਣੌਤੀ ਕਾਫੀ ਵੱਡੀ ਹੈ, ਪਰ ਉਹ ਹਰ ਵਾਅਦਾ ਪੂਰਾ ਕਰਨਗੇ। ਸਾਧੂ ਸਿੰਘ ਧਰਮਸੋਤ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਸੂਬੇ ਨੂੰ 4 ਹਫ਼ਤਿਆਂ ਵਿੱਚ ਨਸ਼ਾ ਮੁਕਤ ਕਰਨ ਦੀ ਗੱਲ ਸਾਧੂ ਸਿੰਘ ਧਰਮਸੋਤ ਵੱਲੋਂ ਕਹੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਰਜ਼ੀਆ ਸੁਲਤਾਨਾ ਨੂੰ ਵੀ ਥਾਂ ਦਿੱਤੀ ਗਈ ਹੈ। ਮਲੇਰਕੋਟਲਾ ਤੋਂ ਵਿਧਾਇਕ ਰਜ਼ੀਆ ਸੁਲਤਾਨਾ ਨੂੰ ਰਾਜ ਮੰਤਰੀ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਜਨਤਾ ਦੇ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ। ਸ਼ੁਰੂਆਤ ਹੈ ਆਜ, ਇਨਸ਼ਾਅੱਲਾ ਤਾਲਾ ਜਿਤਨੇ ਵਾਅਦੇ ਹਮਨੇ ਕੀਏ ਹੈ ਸਾਰੇ ਪੂਰੇ ਕਰੇਂਗੇ। ਇੱਕ ਉਨਕਾ ਵਾਅਦਾ ਥਾ ਕਿ ਮਲੇਰਕੋਟਲਾ ਕੀ ਜਨਤਾ ਰਜ਼ੀਆ ਸੁਲਤਾਨਾ ਕੋ ਜਿਤਾਏ ਮੰਤਰੀ ਮੈਂ ਬਣਾ ਦੂੰਗਾ। ਹਾਂ ਤੋ ਬਣਾ ਦਿਆ ਤੁਹਾਨੇ, ਬਣਾ ਦਿਆ। ਮੈਂ ਉਨਕੇ ਸ਼ੁਕਰ ਗੁਜ਼ਾਰ ਹੂੰ, ਕੈਪਟਨ ਸਾਹਿਬ ਕੀ, ਰਾਹੁਲ ਜੀ ਕੀ ਔਰ ਸੋਨੀਆ ਗਾਂਧੀ ਜੀ ਕੀ, ਉਨਕੀ ਸਭ ਕੀ ਸ਼ੁਕਰ ਗੁਜ਼ਾਰ ਹੂੰ ਕਿ ਉਹਨਾਂ ਨੇ ਹਮੇ ਜ਼ਿੰਮੇਦਾਰੀ ਸੌਂਪੀ ਹੈ, ਹਮ ਇਸ ਜ਼ਿੰਮੇਦਾਰੀ ਕੋ ਬਾਖੂਬੀ ਨਿਭਾਨੇ ਕੀ ਕੋਸ਼ਿਸ਼।
ਕੈਪਟਨ ਟੀਮ ਦੇ ਵਿੱਚ ਰਾਜ ਮੰਤਰੀ ਬਣੀ ਅਰੁਣਾ ਚੌਧਰੀ ਨੇ ਔਰਤਾਂ ਦੀ ਸੁਰੱਖਿਆ ਤੇ ਨਸ਼ਾ ਨੂੰ ਮੁੱਖ ਫੋਕਸ ਦੱਸਿਆ। महिलाओं को लेके जो हमारे 10 साल का जो मिस रूल रहा है अकाली बीजेपी सरकार का, उन्होंने जो जो यहाँ पे घटनाएं हुई हैं, महिलाओं के साथ अत्याचार हुए हैं, वो सारे उनके नॉलेज में हैं। और पहले सबसे पहले तो पुलिस प्रशासन को सुचारू रूप से ढंग करने काम करने का मौका नहीं दिया गया। पहले सबसे पहले तो हम लोग ये चाहेंगे कि पुलिस का जो सिस्टम है उसको सही ढंग से यूज़ किया जाए। ਕੈਪਟਨ ਦੀ ਸਰਕਾਰ ਬਣਨ ਤੋਂ ਬਾਅਦ ਨੌਕਰਸ਼ਾਹੀ 'ਚ ਵੱਡਾ ਫੇਰਬਦਲ, 12 IAS ਅਫਸਰਾਂ ਦਾ ਕੀਤਾ ਗਿਆ ਤਬਾਦਲਾ। ਸਰਵੇਸ਼ ਕੌਸ਼ਲ ਦੀ ਥਾਂ ਤੇ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਬਣਾਇਆ ਗਿਆ। ਕਰਨ ਅਵਤਾਰ ਸਿੰਘ ਨੇ ਸਾਂਭਿਆ ਆਪਣਾ ਕਾਰਜਭਾਰ, ਸਰਵੇਸ਼ ਕੌਸ਼ਲ ਦੀ ਥਾਂ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਬਣਾਇਆ ਗਿਆ। ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀ ਵੀ ਕੀਤੀ ਗਈ ਨਿਯੁਕਤੀ, ਐਡਵੋਕੇਟ ਅਤੁਲ ਨੰਦਾ ਨੂੰ ਸੌਂਪੀ ਗਈ ਜ਼ਿੰਮੇਵਾਰੀ। ਫੇਰਬਦਲ ਤੋਂ ਬਾਅਦ ਕੈਬਨਿਟ ਮੰਤਰੀਆਂ ਅਤੇ ਨੌਕਰਸ਼ਾਹ ਨੇ ਸਾਂਭੇ ਆਪਣੇ ਅਹੁਦੇ, ਨਵੇਂ ਮੰਤਰੀਆਂ ਅਤੇ ਅਫਸਰਾਂ ਨੂੰ ਕਮਰੇ ਵੀ ਅਲਾਟ ਕਰ ਦਿੱਤੇ ਗਏ ਨੇ। ਕੈਪਟਨ ਦੇ ਸਹੁੰ ਚੁੱਕ ਸਮਾਗਮ 'ਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕੀਤੀ ਸ਼ਿਰਕਤ, ਸੂਬੇ ਦੀ ਜਨਤਾ ਦੀਆਂ ਉਮੀਦਾਂ 'ਤੇ ਖਰਾ ਉਤਰਨ ਦਾ ਜਤਾਇਆ ਭਰੋਸਾ। ਪੰਜਾਬ ਕੀ ਜਨਤਾ ਸੇ, ਪੰਜਾਬ ਮੇ ਹਰੇਕ ਵਿਅਕਤੀ ਕੋ ਬਹੁਤ ਬਹੁਤ ਦਿਲ ਸੇ ਧੰਨਵਾਦ। ਉਹਨੇ ਕਾਂਗਰਸ ਪਾਰਟੀ ਮੇ ਭਰੋਸਾ ਕੀਆ ਹੈ ਔਰ ਅਮਰਿੰਦਰ ਸਿੰਘ ਜੀ ਕੋ ਚੀਫ ਮਿਨਿਸਟਰ ਬਣਾਇਆ ਹੈ। ਦਿਲ ਸੇ ਅਮਰਿੰਦਰ ਸਿੰਘ ਜੀ ਔਰ ਹਮ ਸਭ ਪੰਜਾਬ ਕੇ ਲਈ ਕੰਮ ਕਰੇ। ਠੀਕ ਹੈ, ਬਹੁਤ ਮਾਇਨੇ ਰੱਖਦਾ ਸਰ। ਪੀਪਲ ਆਫ ਪੰਜਾਬ ਹੈਵ ਗਿਵਨ ਅ ਮੈਗਨੀਫਿਸੈਂਟ ਵਰਡਿਕਟ। ਇਟ ਇਜ਼ ਦੀ ਰਿਸਪੋਂਸਿਬਿਲਿਟੀ ਆਫ ਦੀ ਕਾਂਗਰਸ ਗਵਰਨਮੈਂਟ ਟੂ ਗਿਵ ਇਟ ਬੈਸਟ ਟੂ ਦੀ ਪੀਪਲ ਆਫ ਪੰਜਾਬ ਇਨ ਰਿਟਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਅਮਰਿੰਦਰ ਸਿੰਘ ਨੂੰ ਸ਼ੁਭਕਾਮਨਾਵਾਂ, ਕਿਹਾ ਤੁਹਾਡੀ ਅਗਵਾਈ ਵਿੱਚ ਪੰਜਾਬ ਦੇ ਵਿਕਾਸ ਦੀ ਉਮੀਦ ਹੈ। ਕਾਂਗਰਸ ਆਗੂ ਕਪਿਲ ਸਿੱਬਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਤਾਂ ਉੱਥੇ ਹੀ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਨੇ ਸਾਥ ਦੇਣ ਲਈ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ। ਬਹੁਤ ਖੁਸ਼ੀ ਹੋਈ ਔਰ ਸਭ ਕੋ ਬਹੁਤ ਬਹੁਤ ਵਧਾਈ, ਜਿਨ੍ਹਾਂ ਸ਼ਪਥ ਲਿਆ, ਜਿਨ੍ਹਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਉਨਕੋ ਮੰਤਰੀ ਬਣਾਇਆ ਪੰਜਾਬ ਕੇ ਲੋਕੋ ਕੋ ਬਹੁਤ ਬਹੁਤ ਧੰਨਵਾਦ। ਪੂਰੇ ਪਲਾਨ ਹੋਗੇ, ਸੋਚ ਸਮਝ ਕੇ ਸਭ ਵਾਅਦੇ ਕੀਏ ਥੇ ਔਰ ਉਨਕੋ ਪੂਰੇ ਕਰੇ। ਥੈਂਕ ਯੂ ਮੈਮ। ਜੋ ਬਹੁਮਤ ਜਨਤਾ ਨੇ ਔਰ ਵਿਸ਼ਵਾਸ ਜਨਤਾ ਨੇ ਕਾਂਗਰਸ ਕੇ ਪ੍ਰਤੀ ਰੱਖਾ ਹੈ ਪੰਜਾਬ ਮੇਂ, ਮੈਂ ਸਮਝਤਾ ਹੂੰ, ਔਰ ਜੋ ਅਮਰਿੰਦਰ ਕੀ ਲੀਡਰਸ਼ਿਪ ਮੇਂ ਵਿਸ਼ਵਾਸ ਰੱਖਾ ਹੈ, ਮੈਂ ਸਮਝਤਾ ਹੂੰ ਕਿ ਅਮਰਿੰਦਰ ਜੀ ਅਗਲੇ 5 ਸਾਲ ਮੇਂ ਪੰਜਾਬ ਕੋ ਉਸ ਸਥਿਤੀ ਮੇਂ ਲੈ ਜਾਏਂਗੇ ਜੋ ਅੱਜ ਤੱਕ ਕਭੀ ਨਹੀਂ ਹੋਈ, ਕਿਉਂਕਿ ਜੋ ਵਿੱਤੀ ਹਾਲਤ ਹੈ, ਜੋ ਅਕਾਲੀਓ ਨੇ ਵਿੱਤੀ ਹਾਲਤ ਇਸ ਪ੍ਰਦੇਸ਼ ਕੀ ਹੈ, ਉਸਕੋ ਸਾਹਮਣੇ ਰੱਖਦੇ ਹੋਏ ਬਹੁਤ ਕਾਮ ਕਰਨੇ ਹੈ ਔਰ ਮੁਝੇ ਪੂਰਾ ਵਿਸ਼ਵਾਸ ਹੈ ਕਿ ਅਮਰਿੰਦਰ ਜੀ ਇਸ ਤੇ ਖੜੇ ਉਤਰੇਂਗੇ। ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕ ਸਮਾਗਮ ਵਿੱਚ ਰਾਜ ਸਭਾ ਮੈਂਬਰ ਡਾਕਟਰ ਸੁਭਾਸ਼ ਚੰਦਰਾ ਨੇ ਵੀ ਸ਼ਿਰਕਤ ਕੀਤੀ, ਕਾਂਗਰਸ ਪਾਰਟੀ ਨੂੰ ਜਿੱਦੀ ਵਧਾਈ ਦਿੱਤੀ, ਕਿਹਾ ਕਾਂਗਰਸ ਸਰਕਾਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਕੈਪਟਨ ਸਾਹਿਬ ਦੇ ਸਾਹਮਣੇ ਬੜਾ ਬਹੁਤ ਵੱਡਾ ਇੱਕ ਪਹਾੜ ਹੈਗਾ ਜਿਹਨੂੰ ਉਹਨਾਂ ਨੇ ਚੜ੍ਹਨਾ, ਕਿਉਂਕਿ ਜਿਸ ਤਰ੍ਹਾਂ ਸਾਰੇ ਜਾਣਦੇ ਨੇ ਕਿ ਸਾਰੇ ਡਰੱਗਸ ਦੀ ਵਜ੍ਹਾ ਨਾਲ ਇੰਡਸਟਰੀ ਕੋਈ ਹੈ ਨਹੀਂ, ਕਿਸਾਨ ਜ਼ਮੀਨਾਂ ਵੀ ਬਾਂਝ ਹੋ ਚੁੱਕੀਆਂ ਨੇ ਬਿਕੋਜ਼ ਆਫ ਐਕਸੈਸਿਵ ਯੂਜ਼ ਆਫ ਫਰਟੀਲਾਈਜ਼ਰ, ਅਤੇ ਇਹ ਸਾਰੀਆਂ ਚੀਜ਼ਾਂ ਦਾ ਬੜਾ ਸੋਚ ਸਮਝ ਕੇ ਕਰਨਾ ਪਏਗਾ ਉਹਨਾਂ ਨੂੰ। ਮੈਂ ਤਾਂ ਕਹਾਂਗਾ ਕਿ ਉਹਨਾਂ ਨੂੰ ਲੋਕਾਂ ਨੂੰ ਪ੍ਰੇਰਣਾ ਦੇਣੀ ਚਾਹੀਦੀ ਕਿ ਉਹ ਔਰਗੈਨਿਕ ਫਾਰਮਿੰਗ, ਔਰਗੈਨਿਕ ਖੇਤੀ ਕਰਨ ਦਾ ਤਰਫ ਜਾਣ, ਅਤੇ ਬਾਕੀ ਤਾਂ ਸਖਤਾਈ ਕਰਨੀ ਪਏਗੀ, ਬਹੁਤ ਕੁਝ ਸਖਤਾਈਆਂ ਕਰਨੀਆਂ ਪੈਣਗੀਆਂ, ਬਹੁਤ ਡਿਸੀਜਨ ਸਖਤ ਲੈਣੇ ਪੈਣਗੇ। We'll be right back.
ਕੈਪਟਨ ਦੇ ਸਹੁੰ ਚੁੱਕ ਸਮਾਗਮ ਵਿੱਚ ਆਏ ਪਾਰਟੀ ਦੇ ਨੇਤਾਵਾਂ ਪਵਨ ਬੰਸਲ ਅਤੇ ਰਾਜ ਬੱਬਰ ਨੇ ਵੀ ਖੁਸ਼ੀ ਜਤਾਈ ਤੇ ਕੈਪਟਨ ਨੂੰ ਵਧਾਈ ਦਿੱਤੀ। ਬਹੁਤ ਸ਼ਾਨਦਾਰ ਜਿੱਤ ਹੋਈ ਹੈ, ਬੜੀ ਦੇਰ ਤੋਂ ਵੈਸੇ ਲੋਕਾਂ ਨੂੰ ਪਤਾ ਸੀ, ਪਰ ਮੈਂ ਵਧਾਈ ਦਿੰਦਾ ਹਾਂ ਸਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਤੇ ਸਾਰੇ ਜਿਹੜੇ ਮੰਤਰੀ ਜਿਨ੍ਹਾਂ ਨੇ ਅੱਜ ਸ਼ਪਥ ਲਿੱਤੀ ਹੈ। ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਨੂੰ ਇਹ ਅਗਲੇ 5 ਸਾਲਾਂ ਦੇ ਵਿੱਚ ਜਿਹੜਾ ਕਿ ਅਸੀਂ ਪਿੱਛੇ ਗਏ ਹਾਂ ਬਹੁਤ ਖੇਤਰਾਂ ਦੇ ਵਿੱਚ, ਉਹਨਾਂ 'ਚ ਉੱਭਰ ਕੇ ਬਹੁਤ ਚੰਗੀ ਤਰ੍ਹਾਂ ਅੱਗੇ ਆਵਾਂਗੇ ਅਤੇ ਪੰਜਾਬ ਹਮੇਸ਼ਾ ਵਾਂਗ ਫਿਰ ਇੱਕ ਦੇਸ਼ ਦਾ ਬਹੁਤ ਵੱਡਾ ਅਗਾਂਹ ਵਧੂ ਸੂਬਾ ਬਣੇਗਾ। ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੇ ਨੇਤਾ ਅਸ਼ਵਨੀ ਕੁਮਾਰ ਅਤੇ ਸਚਿਨ ਪਾਇਲਟ ਨੇ ਵੀ ਵਧਾਈ ਦਿੱਤੀ ਹੈ। ਖੁਸ਼ੀ ਕਿ ਬਹੁਤ ਦਿਨਾਂ ਕੇ ਬਾਅਦ ਪੰਜਾਬ ਕੇ ਅੰਦਰ ਜੋ ਹੈ ਕਾਂਗਰਸ ਪਾਰਟੀ ਕੀ ਔਰ ਇਤਨੀ ਬੜੀ ਜੀਤ ਹੋਈ ਹੈ। ਇਹ ਜੀਤ ਜੋ ਹੈ ਭਰੋਸੇ ਕੀ ਜੀਤ ਹੈ, ਔਰ ਜਿਸ ਤਰ੍ਹਾਂ ਸੇ ਕਾਂਗਰਸ ਕੇ ਪ੍ਰਤੀ ਪੰਜਾਬ ਕੀ ਜਨਤਾ ਨੇ ਜੋ ਆਪਣਾ ਵਿਸ਼ਵਾਸ ਜਤਾਇਆ ਹੈ, ਉਸ ਲਈ ਪੰਜਾਬ ਕੇ ਸਭੀ ਲੋਕ ਮੁਬਾਰਕਬਾਦ ਕੇ ਹੱਕਦਾਰ ਹੈ। ਦੇਖਿਏ, ਉਨਕੀ ਡਿਊਟੀ ਬਣਤੀ ਹੈ, ਹਮ ਉਨਕਾ ਸਵਾਗਤ ਕਰਤੇ ਹੈ ਕਿ ਹਮਨੇ ਹਮਾਰੀ ਗਲਤੀਆਂ ਕੋ ਵੋ ਉਛਾਲੇ, ਹਮਾਰੀ ਗਲਤੀਆਂ ਕੋ ਹਮੇ ਬਤਾਏ, ਔਰ ਹਮ ਚਾਹੇਂਗੇ ਕਿ ਵੋ ਸਹਿਯੋਗ ਕਰੇ, ਵੋ ਹਮੇ ਬਤਾਏ ਕਿ ਅਗਰ ਕੋਈ ਹਮਸੇ ਐਸੀ ਮਿਸਟੇਕ ਹੋਈ ਹੈ, ਹਮ ਗੰਭੀਰਤਾ ਸੇ ਉਨਕੀ ਹਰ ਬਾਤ ਕੋ ਸਮਝੇਂਗੇ, ਔਰ ਅਗਰ ਠੀਕ ਹੋਈ ਤੋ ਉਸ ਪੇ ਅਮਲ ਵੀ ਕਰੇਂਗੇ। ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਨੇ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਤੋਂ ਕਾਂਗਰਸ ਦੀ ਅਗਨੀ ਪ੍ਰੀਖਿਆ ਸ਼ੁਰੂ ਹੋ ਗਈ ਹੈ, ਕਾਂਗਰਸ ਨੂੰ ਹੁਣ ਆਪਣੇ ਤਮਾਮ ਵਾਅਦੇ ਪੂਰੇ ਕਰਨੇ ਹੋਣਗੇ। ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਬਹੁਤ ਵੱਡਾ ਮੈਂਡੇਟ ਦਿੱਤਾ ਹੈ, ਫਤਵਾ ਦਿੱਤਾ ਹੈ, ਔਰ ਕਾਂਗਰਸ ਨੂੰ ਇਸ ਗੱਲ ਦੀ ਵਧਾਈ ਵੀ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਜੀ ਦੀ ਉਹਨਾਂ ਦੀ ਟੀਮ ਨੇ ਸਮੁੱਚੀ ਨੇ ਪੰਜਾਬ ਦੀ ਵਜ਼ਾਰਤ ਚਲਾਉਣ ਲਈ ਅੱਜ ਸਹੁੰ ਚੁੱਕੀ ਹੈ। ਮੈਂ ਇਸ ਗੱਲ ਦੀ ਵੀ ਆਪਣੇ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਵਧਾਈ ਦਿੰਦਾ। ਪੰਜਾਬ 'ਚ ਵਿਰੋਧੀ ਧਿਰ ਦੇ ਨੇਤਾ HS ਫੂਲਕਾ ਨੇ ਕਿਹਾ ਕਿ ਉਹ ਸੂਬੇ ਵਿੱਚ ਸਕਾਰਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੇ, ਤਾਂ ਉੱਥੇ ਹੀ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਵੀ ਵਿਰੋਧੀ ਧਿਰ ਦਾ ਪੂਰਾ ਸਨਮਾਨ ਕਰਨ ਦੀ ਗੱਲ ਆਖੀ ਹੈ। ਵੀ ਵਿਲ ਪਲੇ ਰੋਲ ਆਫ ਏ ਕੰਸਟਰਕਟਿਵ ਆਪੋਜੀਸ਼ਨ, ਬਲਕਿ ਅਸੀਂ ਹਰ ਨੁਕਤੇ ਦੇ ਉੱਤੇ ਬਿਨਾਂ ਗੱਲ ਤੋਂ ਐਵੇਂ ਨਹੀਂ ਓਬਜੈਕਸ਼ਨ ਕਰਾਂਗੇ। ਜਿੱਥੋਂ ਤੱਕ ਇਹ ਆਪਣੇ ਜਿਹੜੇ ਵਾਅਦੇ ਆ ਪੂਰੇ ਕਰਨਗੇ, ਜਨਤਾ ਨਾਲ ਕੀਤੇ ਪੂਰੀ ਸਪੋਰਟ ਕਰਾਂਗੇ, ਅਤੇ ਪਰ ਜੇ ਆਪ ਜਨਤਾ ਨਾਲ ਕੀਤੇ ਹੋਏ ਵਾਅਦੇ ਨਹੀਂ ਪੂਰੇ ਕਰਨਗੇ ਤਾਂ ਉੱਥੇ ਅਸੀਂ ਠੋਕ ਕੇ ਅਪੋਜ਼ ਵੀ ਕਰਾਂਗੇ। ਕਾਂਗਰਸ ਦੀ ਸਰਕਾਰ ਬਣਨ ਤੋਂ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ, ਪਟਿਆਲਾ ਵਿੱਚ ਵਰਕਰਾਂ ਨੇ ਨੱਚ ਗਾਣੇ ਨਾਲ ਮਨਾਈ ਖੁਸ਼ੀ। ਚੰਡੀਗੜ੍ਹ ਵਿੱਚ ਵੀ ਮਨਾਇਆ ਗਿਆ ਜਸ਼ਨ, ਲੋਕਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕੀਤਾ। ਲੁਧਿਆਣਾ 'ਚ ਕੈਪਟਨ ਅਮਰਿੰਦਰ ਸਿੰਘ ਦਾ ਬਣਾਇਆ ਗਿਆ ਮੋਮ ਦਾ ਪੁਤਲਾ, ਕੈਪਟਨ ਦੇ ਪੁਤਲੇ ਨੂੰ ਮਠਿਆਈ ਖਵਾ ਕੇ ਮਨਾਇਆ ਗਿਆ ਜਸ਼ਨ। ਬਠਿੰਡਾ ਵਿੱਚ ਵੀ ਪਾਰਟੀ ਵਰਕਰਾਂ ਨੇ ਮਨਾਇਆ ਜਸ਼ਨ, ਪਟਾਕੇ ਚਲਾ ਕੇ ਜ਼ਾਹਰ ਕੀਤੀ ਖੁਸ਼ੀ। ਚੋਣ ਕਮਿਸ਼ਨ ਨੇ EVM ਵਿੱਚ ਗੜਬੜੀ ਦੇ ਦਾਅਵਿਆਂ ਨੂੰ ਨਕਾਰਿਆ, ਕਿਹਾ EVM ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲ ਬੇਤੁਕੇ। ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ EVM ਨੂੰ ਲੈ ਕੇ ਸਵਾਲ ਚੁੱਕੇ ਸਨ। ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਖੁਸ਼ਖਬਰੀ, ਜਲਦ ਹੀ PF ਵਿੱਚ ਜਮ੍ਹਾਂ 90% ਰਕਮ ਦੇ ਨਾਲ ਖਰੀਦ ਸਕੋਗੇ ਘਰ। ਮੰਤਰੀ ਬੰਡਾਰੂ ਦੱਤਾਤਰੇ ਨੇ ਰਾਜ ਸਭਾ ਵਿੱਚ ਦਿੱਤੀ ਜਾਣਕਾਰੀ। ਕਰਮਚਾਰੀ ਭਵਿੱਖ ਨਿਧੀ ਯੋਜਨਾ ਵਿੱਚ ਬਦਲਾਅ ਤੋਂ ਬਾਅਦ PF ਖਾਤੇ ਤੋਂ ਚੁਕਾਇਆ ਜਾ ਸਕੇਗੀ ਘਰ ਦੀ EMI। ਦਹਿਸ਼ਤਗਰਦੀ ਨੂੰ ਲੈ ਕੇ ਜਨੇਵਾ ਵਿੱਚ ਪਾਕਿਸਤਾਨ ਤੇ ਭਾਰਤ ਦਾ ਨਿਸ਼ਾਨਾ, ਕਿਹਾ ਦਹਿਸ਼ਤਗਰਦੀ ਦੀ ਫੈਕਟਰੀ ਬਣਦਾ ਜਾ ਰਿਹਾ ਗੁਆਂਢੀ ਦੇਸ਼। ਗਿਲਗਿਤ ਬਾਲਟਿਸਤਾਨ ਨੂੰ 5ਵਾਂ ਸੂਬਾ ਬਣਾਉਣ ਦੀ ਤਿਆਰੀ ਵਿੱਚ ਪਾਕਿਸਤਾਨ, ਸਰਤਾਜ ਅਜ਼ੀਜ਼ ਦੀ ਅਗਵਾਈ ਵਾਲੀ ਕਮੇਟੀ ਨੇ ਕੀਤੀ ਸਿਫਾਰਿਸ਼। ਸ਼ਰਤ ਦੇ ਨਾਲ ਪਾਕਿਸਤਾਨ ਵਿੱਚ ਮੁਕੱਦਮੇ ਦੇ ਲਈ ਤਿਆਰ ਹੋਏ ਮੁਸ਼ਰਫ, ਕਿਹਾ ਫੌਜ ਨੂੰ ਮੁਹੱਈਆ ਕਰਾਉਣੀ ਹੋਏਗੀ ਸੁਰੱਖਿਆ। ਅਮਰੀਕਾ ਵਿੱਚ ਟਰੈਵਲ ਬੈਨ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨੂੰ ਝਟਕਾ, ਹਵਾਈ ਪ੍ਰਾਂਤ ਦੀ ਅਦਾਲਤ ਨੇ 6 ਮੁਸਲਿਮ ਦੇਸ਼ਾਂ ਸੰਬੰਧੀ ਹੁਕਮ ਤੇ ਲਗਾਈ ਰੋਕ।
जॉर्जिया विच अनोखे होटल की शुरुआत, शिपिंग कंटेनर दे नाल बनिया रूम, स्विमिंग पूल अते योग की क्लास भी शुरू होगी। भारत के खिलाफ रांची विच तीजे टेस्ट के पहले दिन छाए रहे ऑस्ट्रेलियाई बल्लेबाज, दिन का खेड खत्म होने से मेहमान टीम का स्कोर 4 विकेट से 299 रन। ऑस्ट्रेलियाई कप्तान स्टीव स्मिथ की शानदार बल्लेबाजी, लगाया सैकड़ा, 117 दौड़ा बना के क्रीज से मौजूद। भारत वालों उमेश यादव ने 2 विकेट लए, अश्विन अते जडेजा नूं 1-1 विकेट मिली। रांची टेस्ट के पहले दिन फील्डिंग दौरान विराट कोहली दे 60 वजी, मैदान तो जाना पिया बाहर।